हेलो गाइस वेलकम बैक टू माय चैनल। की हाल चाल है तुहाडा सारिआं दा? आस है कि तुसी सारे जाने बिल्कुल ठीक ठाक होवोगे, तंदुरुस्त होवोगे। ते अज दे व्लॉग दी आपां शुरुआत कीती है गड्डी दे विच। इस टाइम असीं चले आ सिमर दी सिस्टर दे घर, ते शाबाश सिंह चले अपनी जसमनवीर जी कोल मासी दे घर। जसमनवीर जी दे हाउस च जा रहे हां, कोई होर नहीं चाहिदा उन्हां नूं। छेती सो गया, छेती उठ गया, रेडी भी हो गया है ना। बस कुछ खा नहीं रहा, कहिंदा बस जाना है, कुछ खाना नहीं है। अज सवेरे की गल हुई है, पापा मैनू कह रहे थे कि आ शाबाश कहंदा पिया कि पापा मैनू गड्डी नहीं चलान दिंदे। होया है कि मैं इनू तैयार कर रही थी, पापा इहदे नाल गल्लां कर रहे थे, पापा ने कहा कि गड्डी कौन चलाएगा, फिर तू जाएगा ते कौन लेके जाएगा गड्डी चला के, तू चला लेगा? एक पहले तो कह दिता हाँ चला लांगा, कहंदा नहीं पर पापा मैनू मना करदे ने। अच्छा, पुत्तू मना तो करना ही पैंदा ना, पुत्तू किवें चलाएगा गड्डी, पुत्तू तो बहुत छोटा बच्चा। मम्मा ने दसिया सी ना जदों किन्ना बिग हो जाएगा। ਸ਼ਾਬਾਸ਼ ਸਿੰਘ ਦਾ ਸਟਾਈਲ ਵੇਖੋ ਜੀ, ਬੈਠਾ ਕਿਵੇਂ ਹੋਇਆ, ਪੂਰੀ ਟੌਰ ਦੇ ਨਾਲ ਲੱਤ ਦੇ ਉੱਤੇ ਲੱਤ ਚੜਾ ਕੇ। ਹੈਂ, ਪੂਰੀ ਟੌਰ ਹੈ ਤੇਰੀ ਓਏ? ਤੁਹਾਨੂੰ ਆਵਾਜ਼ ਆ ਰਹੀ ਕਿ ਨਹੀਂ ਪਤਾ ਨਹੀਂ, ਸਰ ਨਾਲ ਨਾਲ ਕੁਝ ਗੁੰਗੁਨਾ ਵੀ ਰਿਹਾ। ਲੋਕਡਾਊਨ ਖੁੱਲ ਗਿਆ, ਟ੍ਰੈਫਿਕ ਵੇਖੋ ਕਿੰਨਾ ਜ਼ਿਆਦਾ ਹੋ ਗਿਆ। ਓਹੋ ਓਹੋ, ਕੀ ਹੋ ਗਿਆ ਕੀ ਹੋ ਗਿਆ? ਬਸ ਜੀ ਪਹੁੰਚਣ ਵਾਲੇ ਆ, ਥੋੜਾ ਜਿਹਾ ਰਹਿ ਗਿਆ ਬਸ। ਸ਼ਾਬਾਸ਼ ਸਿੰਘ ਦੀ ਨਾ ਉਹ ਵਾਲੀ ਸਟੇਜ ਆ ਚੁੱਕੀ ਹੈ ਜਿੱਥੇ ਆ ਕੇ ਇਹਨੇ ਸਵਾਲ ਤੇ ਸਵਾਲ ਕਰੀ ਜਾਣਾ ਤੇ ਇੱਕੋ ਹੀ ਸਵਾਲ ਬਾਰ ਬਾਰ ਕਰੀ ਜਾਣਾ। ਇਹਨੇ ਮੇਰੇ ਖਿਆਲ 15-20 ਵਾਰੀ ਇਹ ਸਵਾਲ ਕਰ ਲਿਆ ਹੋਣਾ ਕਿ ਮੰਮਾ ਆਪਾਂ ਕਿੱਥੇ ਚੱਲੇ ਹਾਂ, ਇਹਨੂੰ ਜਵਾਬ ਦੇ ਦਿੱਤਾ ਜਸਮਨਵੀਰ ਜੀ ਦੇ ਵੱਲ ਚੱਲੇ ਹਾਂ, ਪਰ ਫਿਰ ਬਾਰ ਬਾਰ ਉਹੀ ਸਵਾਲ ਕਰੀ ਜਾ ਰਿਹਾ, ਰਿਪੀਟ ਕਰੀ ਜਾ ਰਿਹਾ। ਕਿਉਂ ਬਈ? ਬਈ ਵੈਸੇ ਨਾ ਇੱਦਾਂ ਨਿਆਣੇ ਕਰਦੇ ਹੀ ਹੁੰਦੇ ਨੇ, ਸਾਰੇ ਨਿਆਣੇ ਕਰਦੇ ਨੇ, ਇਸ ਕਰਕੇ ਜਿਹੜੇ ਤੁਸੀਂ ਸਾਡਾ ਵਲੌਗ ਵੇਖਦੇ ਪਏ ਹੋ ਇਸ ਗੱਲ ਤੋਂ ਪਰੇਸ਼ਾਨ ਨਾ ਹੋਇਓ। ਨਿਆਣੇ ਨੂੰ ਕਦੀ ਵੀ ਇਹ ਗੱਲ ਨਾ ਕਿਹੋ ਕਿ ਤੂੰ ਸਵਾਲ ਪੁੱਛਣੇ ਬੰਦ ਕਰ ਦੇ, ਕਿਉਂਕਿ ਜੇ ਉਹਨੇ ਸਵਾਲ ਪੁੱਛਣੇ ਬੰਦ ਕਰ ਦਿੱਤੇ ਨਾ ਫਿਰ ਕੋਈ ਵੀ ਸਵਾਲ ਨਹੀਂ ਪੁੱਛੇਗਾ, ਤੇ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਉਹਨੂੰ ਬਹੁਤ ਵੱਡਾ ਘਾਟਾ ਹੋ ਸਕਦਾ ਇਸ ਗੱਲ ਕਰਕੇ ਜੇ ਅਸੀਂ ਉਹਨੂੰ ਸਵਾਲ ਪੁੱਛਣ ਤੋਂ ਮਨਾ ਕਰਦੇ ਹਾਂ। ਭਾਵੇਂ ਇੱਕੋ ਸਵਾਲ ਜਿੰਨੀ ਵਾਰੀ ਮਰਜ਼ੀ ਪੁੱਛੇ ਉਹਨੂੰ ਪੁੱਛ ਲੈਂਦਿਆ ਕਰੋ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਬਾਰ ਬਾਰ ਉਹਨੂੰ ਇੱਕੋ ਹੀ ਜਵਾਬ ਦੇਣਾ ਪੈਂਦਾ, ਕੋਈ ਗੱਲ ਨਹੀਂ, ਪਰ ਉਹਨੂੰ ਪੁੱਛਣ ਦਿਓ ਸਵਾਲ। ਕੀ ਵੇਖਿਆ ਕਾਕੇ ਨੇ ਉਹਨੇ, ਕਿੱਥੇ ਨੇ? ਸ਼ਾਬਾਸ਼ ਸਿੰਘ ਨੇ ਬਸ ਜਸਮਨਵੀਰ ਜੀ ਦੇ ਹਾਊਸ ਆਉਣਾ ਸੀ, ਆ ਕੇ ਮਿਲਿਆ ਨਹੀਂ ਹੈ ਕਿਸੇ ਨੂੰ, ਹੈ ਬਸ ਰਿਮੋਟ ਔਰ ਆਪਣੇ ਚੱਕਰਾਂ ਚ ਪੈ ਗਿਆ। ਚਿੱਜੀ ਕੌਣ ਦੇਗਾ ਫਿਰ? ਮਿਲਣੀ ਤੇ ਕਰੋਗੇ, ਚਿੱਜੀ ਨਹੀਂ ਮਿਲੇਗੀ। ਜੋਰ ਦੀ ਹੱਗੀ ਕਰ ਦੋ ਮਾਸੀ ਨੂੰ, ਦੋਨਾਂ ਵਾਲਾ ਹੀ ਹਾਲ ਹੈਗਾ। ਐ ਜਦੋਂ ਦਾ ਉੱਠਿਆ ਜਸਮਨਵੀਰ ਜੀ ਹਾਊਸ ਜਾ ਰਹੇ ਆ, ਕਦੋਂ ਜਾ ਰਹੇ ਆ, ਕਿੱਥੇ ਜਾ ਰਹੇ ਆ, ਪੂਰੇ ਰਸਤੇ ਉਹਦੇ ਫੋਨ ਆਈ ਜਾ ਰਹੇ। ਸ਼ਰਾਰਤੀ ਜਸਰਾਜ ਨੂੰ ਮਿਸ ਕਰ ਰਹੇ ਆ, ਤੇ ਭਾਈ ਭਾਈ ਕਰ ਲੈਪਟਾਪ ਵੀ ਨਜ਼ਰ ਆ ਗਿਆ ਉਹਨੂੰ, ਆਪਣਾ ਲੈਪਟਾਪ ਲੈ ਕੇ ਆਏ ਹੋ ਜਸਮਨਵੀਰ ਜੀ ਦੇ ਹਾਊਸ ਜਾ ਰਹੇ ਆ, ਆਪਣਾ ਲੈਪਟਾਪ
पापा का फोन आया ना, पापा लोग कह रहे हैं अगर आप मेरे नानू हो तो अपनी बेटी को बोलो कि अगर तू मेरी बेटी है तो जसवंत के साथ तीन चार दिन रुक जा। दीदी पूछ रही है और कोई नहीं आया ना, मैं कह रहा ड्राइवर साहब आए ने, ड्राइवर को तो लेना नहीं होता। जसमन वाला लैपटॉप असीं लै चलदे आ ते ओह वाला ना जसमन वीर जी नूं दे दिंदे आ। कहिंदा नहीं एदां नहीं करना, कहिंदा कहिंदा मैं अपने लैके जावांगा, अपनी चीज प्यारी है अपनी नहीं देनी। देख ला हले भी देख ला, डील कर लैने जसमन वीर जी दे नाल, उन्हां दा लैपटॉप ज्यादा वधिया है, आपां ओह लैके चलदे आ, ग्रीन वाला उन्हां नूं दे दिंदे आ। ठीक है।